ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਮੈਂ ਸਮਰੀ ਦਾ ਦੋਸਤ ਅੰਕੀ ਯਾਰ ਮੈਂ ਤੁਹਾਡੇ ਸਾਰਿਆਂ ਨਾਲ ਨਾ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਸੀ ਜਿਸ ਦਿਨ ਦੀ ਸਮਰੀ ਵਾਪਿਸ ਗਈ ਹੈ ਨਾ ਸੱਚੀ ਮੇਰੀ ਲਾਈਫ ਵਿੱਚੋਂ ਤੇ ਜਿਵੇਂ ਮੋਮੈਂਟਮ ਚਲਾ ਹੀ ਗਿਆ ਹੈ ਐਦਾਂ ਕਰਦੇ ਹਾਂ ਸਮਰੀ ਨੂੰ ਫੋਨ ਕਰਦੇ ਹਾਂ ਮੋਮੈਂਟਮ ਦਾ ਮਤਲਬ ਪੁੱਛ ਲਵਾਂਗੇ ਤੇ ਕੀ ਪਤਾ ਲਾਈਫ ਵਿੱਚ ਮੋਮੈਂਟਮ ਵਾਪਸ ਆ ਜਾਵੇ ਫੋਨ ਤੇ ਤੈਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਕਿਵੇਂ ਹੈ ਤੂੰ ਮੈਨੂੰ ਵੀ ਅੰਕਿਤ ਤੈਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਜਿਸ ਦਿਨ ਤੋਂ ਤੂੰ ਗਈ ਹੈ ਨਾ ਮੈਂ ਬਹੁਤ ਹੀ ਜ਼ਿਆਦਾ ਬੋਰ ਤੇ ਉਦਾਸ ਹੋ ਗਿਆ ਹਾਂ ਐਵੇਂ ਲੱਗਦਾ ਹੈ ਜਿਵੇਂ ਲਾਈਫ ਵਿੱਚੋਂ ਮੋਮੈਂਟਮ ਚਲਾ ਗਿਆ ਤਾਂ ਕਰਕੇ ਮੈਂ ਸੋਚ ਰਿਹਾ ਸੀਗਾ ਤੈਨੂੰ ਕਾਲ ਕਰਕੇ ਤੇਰੇ ਨਾਲ ਮੋਮੈਂਟਮ ਦੇ ਉੱਤੇ ਵੀਡੀਓ ਬਣਾ ਲਵਾਂ ਓ ਮੋਮੈਂਟਮ ਇਹਨੂੰ ਯਾਦ ਹੈ ਇੱਕ ਦਿਨ ਤੂੰ ਤੇ ਮੈਂ ਅਸੀਂ ਦੋਵੇਂ ਜਾਣੇ ਫ੍ਰਿਸਬੀ ਖੇਡ ਰਹੇ ਸੀਗੇ ਤੇ ਅਚਾਨਕ ਹੀ ਮੈਂ ਤੇਰੇ ਵੱਲ ਫ੍ਰਿਸਬੀ ছুਟੀ ਤੇ ਉਹ ਜਾ ਕੇ ਪੇੜ ਵਿੱਚ ਫਸ ਗਈ ਉਹ ਜਿਹੜੀ ਫੋਰਸ ਦੇ ਨਾਲ ਫਸੀ ਸੀਗੀ ਨਾ ਮਤਲਬ ਜਿਹੜੇ ਹਵਾ ਦੇ ਬਹਾਫ ਦੇ ਨਾਲ ਉਹ ਜਾ ਕੇ ਪੇੜ ਵਿੱਚ ਸਟਕ ਹੋ ਗਈ ਸੀਗੀ ਉਸ ਫੋਰਸ ਨੂੰ ਜਾਂ ਫਿਰ ਰਫਤਾਰ ਨੂੰ ਮੋਮੈਂਟਮ ਕਹਿੰਦੇ ਨੇ ਮੋਮੈਂਟਮ ਮਤਲਬ ਗਤੀ ਜਾਂ ਰਫਤਾਰ Samri thrown frisbee very gently towards Anki but due to wind the frisbee gained momentum and got stuck in the branch of a tree Samri ne frisbee nu no badi narmi naal Anki wal sutya par hawa karan eh raftaar phad ke drakht di taani vich phas gayi Samri naal gal karke boring jehi life bhi raftaar phad lendi hai matlab life vich momentum wapis aa janda hai ਸਮਰੀ ਦੇ ਪਿਆਰੇ ਜਿਹੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਚੈਨਲ ਦੇ ਉੱਤੇ ਨਵੇਂ-ਨਵੇਂ ਵਰਡਸ ਸਿੱਖਣ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਯੂਜ਼ ਕਰਨਾ ਵੀ ਆ ਜਾਂਦਾ ਹੈ ਸੋ ਡੋਨਟ ਫੋਰਗੇਟ ਟੂ ਲਾਈਕ தி ਚੈਨਲ ਐਂਡ ਸਬਸਕ੍ਰਾਈਬ தி ਚੈਨਲ